ਜੀ ਮਿੱਤਰੋ, ਕੀ ਹਾਲ ਆ ਸਾਰਿਆਂ ਦਾ? ਅਤੇ ਵੈਲਕਮ ਆਪਣੇ ਵਲੋਗ ਦੇ ਵਿੱਚ। ਰਾਤ ਹੋ ਚੁੱਕੀ ਆ ਅਤੇ ਬਾਈ ਕੁਲਦੀਪ ਅੱਜ ਟਾਈਮ ਨਾਲ ਆ ਗਿਆ ਸੀਗਾ ਥੋੜ੍ਹਾ ਜਿਹਾ। ਹਾਂਜੀ ਬਾਈ ਕੁਲਦੀਪ ਜੀ, ਕੀ ਕਰ ਰਹੇ ਹੋ? ਲਾਈਟਾਂ ਲਾ ਰਹੇ ਬਾਈ। ਲੈ ਬਈ ਬਾਈ ਮੇਰਾ ਕਰੀ ਜਾਂਦਾ ਲਾਈਟਾਂ ਫਿਟਿੰਗ, ਕਰੋ ਚੈੱਕ, ਕਿਉਂਕਿ ਆਪਣੀ ਮਸ਼ੀਨ 'ਤੇ ਲਾਈਟਾਂ ਤਾਂ ਲੱਗੀਆਂ ਹੋਈਆਂ ਸੀ, ਵਾਇਰਿੰਗ ਅਟੈਚ ਨਹੀਂ ਕਰੀ ਸੀ ਟਰੈਕਟਰ ਨਾਲ, ਆ ਜਾ ਰਹੀ ਹੈ। ਅਤੇ ਬਾਈ ਕਹਿੰਦਾ ਇਸ ਹਿਸਾਬ ਨਾਲ ਆਪਾਂ ਵਾਇਰਿੰਗ ਕਰਨੀ ਆ ਵੀ ਮਸ਼ੀਨ 'ਚ ਵੀ ਕੋਈ ਦਿੱਕਤ ਨਾ ਆਵੇ ਚੱਲਣ 'ਚ, ਨਾ ਕੋਈ ਸਪਾਰਕਿੰਗ ਦੀ ਆਵੇ। ਤਾਂ ਬਾਈ ਰਾਤ ਨੂੰ ਲੱਗਿਆ ਪਿਆ ਰੇਤਾ ਤੇ ਮਿੱਟੀ ਮੁੱਟੀ ਨਾਲ ਤਾਂ ਕਰਕੇ। ਸੋ ਬਾਈ ਮੇਰਾ ਰਾਤ ਨੂੰ ਲੱਗਿਆ ਪਿਆ ਕਹਿੰਦਾ ਅੱਜ, ਬਾਈ ਕਹਿੰਦਾ ਅੱਜ ਮਸਾਂ ਟਾਈਮ ਮਿਲਿਆ ਰਾਤ ਨੂੰ, ਤਾਂ ਕਰਕੇ ਬਾਈ ਕਹਿੰਦਾ ਅੱਜ ਰਾਤ ਨੂੰ ਹੀ ਲਾ ਲਈਏ। ਔਖਾ ਮਿੱਤਰੋ, ਸੀਜ਼ਨ 'ਚ ਟਾਈਮ ਬਹੁਤ ਕੱਢਣਾ ਔਖਾ। ਓਏ ਬਾਈ ਪੂਰਾ ਚੋਟੀ ਦਾ ਦਿਮਾਗ ਲਾ ਰਿਹਾ ਆਪਣਾ, ਕਿਵੇਂ ਵਾਇਰਿੰਗ ਕਰਨੀ, ਉਲਝਿਆ ਬੈਠਾ ਪੂਰੀ ਗਰਦਾ ਦਿਮਾਗ, ਕਹਿੰਦੇ ਜ਼ੋਰਾਂ ਸ਼ੋਰਾਂ ਨਾਲ ਕੰਮ ਕਰੀ ਜਾਂਦਾ ਬਤਿੰਦਰ ਦਾ। ਕੀ ਕੁਛ ਰੱਖੀ ਕਿਹੜਾ, ਬੈਟਰੀ ਵੀ ਕਲੱਲੀ ਆ ਬਤਿੰਦਰ ਕੋਲ। ਸੋ ਲਾਈਟਾਂ ਤੁਹਾਨੂੰ ਦਿਖਾ ਦਿੰਦੇ ਆਪਾਂ ਕਿੱਥੇ ਕਿੱਥੇ ਲੱਗੀਆਂ। ਦੋ ਤਾਂ ਇੱਥੇ ਕਟਰ 'ਚ ਲੱਗੀਆਂ ਹੋਈਆਂ, ਹਜੇ ਜਗਾ ਕੇ ਤੁਹਾਨੂੰ ਚੈੱਕ ਆਊਟ ਕਰਾਵਾਂਗੇ। ਅਤੇ ਪਿੱਛੇ ਵੀ ਲੱਗੀਆਂ ਆਪਣੀਆਂ, ਲਾਓ ਪੂਰੀ ਗੱਲਬਾਤ ਬਣ ਜਾਣੀ ਐਂਡ। ਹਾਂਜੀ ਮਿੱਤਰੋ, ਫਾਈਨਲੀ ਆਪਣੀਆਂ ਜਿਹੜੀਆਂ ਲਾਈਟਾਂ ਬਾਈ ਨੇ ਜਗਾ ਤੀਆਂ, ਕਰੋ ਚੈੱਕ ਫਿਰ ਬਾਈ ਕੁਲਦੀਪ ਕਹਿੰਦੇ ਪੂਰੀ ਮਿਹਨਤ ਸ਼ੋਰ ਨਾਲ ਲੱਗਿਆ ਪਿਆ ਜੀ, ਪੂਰਾ ਕਹਿੰਦੇ ਦਿਮਾਗ ਦਾ ਪ੍ਰਯੋਗ ਕਰ ਕੁਰ ਕੇ, ਅਤੇ ਹੁਣ ਕਹਿੰਦੇ ਸੋਚਾਂ ਲਾਈਆਂ ਸਿੱਧੀਆਂ, ਸੋਚਾਂ ਲਾ ਤੀਆਂ, ਕਰੋ ਚੈੱਕ, ਗ੍ਰਿਪ ਸਿਸਟਮ ਕਰਤਾ ਬਾਈ ਨੇ, ਕਹਿੰਦਾ ਜੇ ਕੋਈ ਵੀ ਦਿੱਕਤ ਆਉਂਦੀ ਹੈ ਤਾਂ ਬਈ ਰਾਤ ਨੂੰ ਚਲਾਉਣ ਲੱਗੇ। ਹਾਂਜੀ ਜਗਾਉਣੀ ਹੈ ਉਦੋਂ ਆਪਾਂ ਗ੍ਰਿਪ ਸਿਸਟਮ ਲਾਉਣੀ ਜੀ ਸਰ, ਜੀ ਸਰ, ਬਾਕੀ ਤਾਰ ਖੋਲ ਕੇ ਮਗਰ ਟੰਗ। ਓਕੇ ਮਿੱਤਰੋ, ਕਰੋ ਚੈੱਕ ਫਿਰ ਲਾਈਟਾਂ। ਲੋਕ ਬਾਈ ਕੁਲਦੀਪ ਕਹਿੰਦੇ ਲੱਗਿਆ ਪਿਆ ਸੀ, ਇੱਧਰ ਵੀ ਲਾਈਟਾਂ ਲੱਗੀਆਂ ਹੋਈਆਂ ਪੂਰਾ ਚਾਨਣ, ਅਤੇ ਉਹ ਵਾਲੀ ਲਾਈਟ ਹਜੇ ਚਾਲੂ ਕਰਨੀ, ਉਹਦੀਆਂ ਤਾਰਾਂ ਲਾਉਣੀਆਂ। ਹਾਂਜੀ ਬਾਈ ਕੁਲਦੀਪ ਜੀ, ਓਕੇ ਰਿਪੋਰਟਾਂ ਫਿਰ ਵੀਰੇ। ਕਹਿੰਦੇ ਬਾਈ ਨੇ ਗ੍ਰਿਪ ਸਿਸਟਮ ਕਰਤਾ ਪੂਰਾ, ਕਰੋ ਚੈੱਕ ਫਿਰ ਲਓ ਜੀ। ਹਾਂਜੀ ਮਿੱਤਰੋ, ਕਰੋ ਚੈੱਕ ਫਿਰ ਲਾਈਟਾਂ, ਬਾਈ ਕੁਲਦੀਪ ਕਹਿੰਦੇ ਲੱਗਿਆ ਪਿਆ ਜ਼ੋਰਾਂ ਸ਼ੋਰਾਂ ਨਾਲ। ਹਾਂਜੀ ਓਕੇ ਰਿਪੋਰਟਾਂ ਫਿਰ, ਓਕੇ ਰਿਪੋਰਟ ਬਾਈ ਦੂਜੀ। ਬਾਈ ਨੇ ਐਂ ਕਹਿੰਦੇ ਲਾਈਟਾਂ ਸਿਰਾ ਲਾ ਛੱਡੇ, ਕਰੋ ਚਾਨਣ ਫਿਰ। ਕਿਹੜੀ ਵੇਖ ਲਓ ਭਲਾ ਹੁਣ ਤਾਂ ਥੱਲੇ, ਕਿਆ ਬਾਤ ਹੈ, ਵਾਇਰਿੰਗ ਵੂਇਰਿੰਗ ਪੂਰੀ ਸੈੱਟ ਕਰੀ ਆ। ਲਓ ਜੀ ਇੱਧਰ ਛੇ ਪੂਰੀਆਂ ਲਾਈਟਾਂ, ਹੁਣ ਤਾਂ ਨਹੀਂ ਕੋਈ ਦਿੱਕਤ ਆਉਂਦੀ ਹੈ ਨਾ ਰਾਤ ਨੂੰ, ਅੱਗੇ ਨਾ ਰਾਤ ਨੂੰ ਦਿੱਕਤ ਬਹੁਤ ਆਉਂਦੀ ਸੀ ਚਲਾਉਣ 'ਚ, ਪਿੱਛੇ ਲਾਈਟਾਂ ਹੈ ਨਹੀਂ ਸੀ, ਅਤੇ ਟਰੈਕਟਰ ਦੀਆਂ ਲਾਈਟਾਂ ਇੰਨੀਆਂ ਕਾਫੀ ਹੈ ਨਹੀਂ ਸੀਗੀਆਂ ਪਿੱਛੇ ਚਾਨਣ ਜਿਹੜਾ ਕੁਛ ਦੇਖ ਸਕੇ। ਹੁਣ ਤਾਂ ਕੁਲਦੀਪ ਬਾਈ ਕਿਹੜੀ ਵੇਖ ਲਈ ਭਲਾ ਥੱਲੇ, ਅਤੇ ਫਿਟਿੰਗ ਬਹੁਤ ਵਧੀਆ ਕਰੀ ਆ, ਦੇਖ ਲਓ ਆ ਜਾ ਰਹੀ ਵਾਇਰ, ਅਤੇ ਇੱਥੇ ਆਪਾਂ ਕਰਤਾ ਗ੍ਰਿਪ ਸਿਸਟਮ ਸਿੱਧਾ। ਹਾਂਜੀ ਬਾਈ ਕੁਲਦੀਪ ਜੀ, ਦੋ ਸ਼ਬਦ ਕੁਛ ਕਹਿਣਾ ਚਾਹੁੰਦੇ ਹੋ? ਬਾਕੀ ਨਾ ਆਪਾਂ ਜਿਹੜੀ ਵੀ ਟਰੈਕਟਰ ਦੀ ਜਿਹੜੀ ਵਾਇਰਿੰਗ ਕਰੀ ਵੀ ਆ,
ਬਹੁਤ ਵਧੀਆ ਕਰੀ ਵੀ ਆ, ਫਿਊਜ਼ ਸਿਸਟਮ ਕਰਿਆ ਵਿਆ ਇਹਦੇ 'ਚ, ਮਤਲਬ ਜੇ ਕੋਈ ਵੀ ਰੱਬ ਨਾ ਕਰੇ ਕੋਈ ਦਿੱਕਤ ਆਉਂਦੀ ਆ ਤਾਂ ਫਿਊਜ਼ ਉੱਡ ਜੂਗਾ ਇਹਦਾ ਉਸ ਨਾਲ ਕਰਕੇ। ਅਤੇ ਹਾਂਜੀ ਮਿੱਤਰੋ, ਲਾਈਟਾਂ ਦਾ ਆਪਣਾ ਵਰਕ ਜਿਹੜਾ ਡਨ ਆ, ਅਤੇ ਹੁਣ ਆਪਾਂ ਕਰ ਰਹੇ ਹਾਂ ਹਾਰਨ ਦੀ ਰਿਪੇਅਰ। ਆਪਣੀ ਨਵੀਂ ਸੁੱਚ ਲੈ ਕੇ ਜਾਂ ਲਾਉਂਦੇ ਹਾਂ, ਖਰਾਬ ਹੋ ਗਈ ਸੀ। ਹਾਂਜੀ ਬਾਈ, ਓਕੇ ਰਿਪੋਰਟਾਂ ਫਿਰ 10 ਮਿੰਟ ਰੁਕੋ ਬਾਈ, ਹੁਣ ਓਕੇ ਰਿਪੋਰਟਾਂ ਹੁਣ ਤੁਹਾਨੂੰ ਰੂਟਸ ਕਰ ਦੇਣੇ ਚਾਲੂ, ਅੱਜ ਐਂਡ ਗੱਲਬਾਤ ਕਰ ਦੇਣੀ ਹੈ। ਹਾਂਜੀ ਮਿੱਤਰੋ, ਕਰਤੇ ਆਪਣੇ ਜਿਹੜੀ ਹੋਰਨ ਵਾਲੀ ਸਵਿੱਚ ਫਿੱਟ। ਹਾਂਜੀ ਓਕੇ ਆ, ਕਹਿੰਦੇ ਰਿਪੋਰਟਾਂ ਮੁੰਡੇ ਸਹੀ ਆ।